ਦਿੱਲੀ ਦੇ ਵਿੱਚ ਕਿਸਾਨਾਂ ਦਾ ਸੰਘਰਸ਼ 4 ਮਹੀਨੇ ਤੋਂ ਉੱਪਰ ਦਾ ਸਮਾਂ ਬੀਤ ਚੁੱਕਿਆ ਹੈਗਾ। ਸਰਕਾਰਾਂ ਨੇ ਜਿਹੜੀਆਂ ਉਹ ਗੱਲਬਾਤ ਕਿਸੇ ਸਿਰੇ ਨਹੀਂ ਲਗਾ ਰਹੀਆਂ। ਕਿਸ ਤਰ੍ਹਾਂ ਦੀ ਰਣਨੀਤੀ ਹੁਣ ਕਿਸਾਨਾਂ ਦੀ ਰਹੇਗੀ, ਕਿਸ ਤਰ੍ਹਾਂ ਕੇਂਦਰ ਸਰਕਾਰ ਨੂੰ ਘੇਰਿਆ ਜਾਏਗਾ, ਇਹ ਸਭ ਦੇ ਲਈ ਅਸੀਂ ਗੱਲ ਕਰਾਂਗੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਦੇ ਨਾਲ। ਜੋਗਿੰਦਰ ਸਿੰਘ ਜੀ, ਪਿਛਲੇ ਦਿਨੀ ਕੋਰੋਨਾ ਪੋਜ਼ਿਟਿਵ ਹੋਣ ਦੇ ਚੱਲਦੇ ਇਸ ਸੰਘਰਸ਼ ਤੋਂ ਥੋੜ੍ਹਾ ਦੂਰ ਹੋਏ ਸੀ, ਉਸ ਤੋਂ ਬਾਅਦ ਹੁਣ ਉਹ ਤੰਦਰੁਸਤ ਹੋ ਕੇ ਫਿਰ ਮੈਦਾਨ ਦੇ ਵਿੱਚ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਹੁਣ ਸੰਘਰਸ਼ ਕਿਸ ਰੂਪ ਰੇਖਾ ਵੱਲ ਜਾਏਗਾ, ਕਿਸ ਤਰ੍ਹਾਂ ਦੀ ਰਣਨੀਤੀ ਅੱਗੇ ਰਹਿਣ ਵਾਲੀ ਹੋਏਗੀ। ਜੋ ਕੁਝ ਪੰਜਾਬ ਦੇ ਵਿੱਚ ਵਾਪਰ ਰਿਹਾ ਹੈਗਾ, ਭਾਜਪਾ ਦੇ ਨੇਤਾਵਾਂ ਦੇ ਨਾਲ ਹੋ ਰਿਹਾ, ਕਿਸਾਨੀ ਸੰਘਰਸ਼ ਚੱਲ ਰਿਹਾ, ਸਭ ਕੁਝ ਕੀ ਕੁਝ ਹੋ ਰਿਹਾ, ਉਹਦੇ ਨਾਲ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਜੋਗਿੰਦਰ ਸਿੰਘ ਗਰਾਹਾਂ। ਪ੍ਰਧਾਨ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਲਿਵਿੰਗ ਇੰਡੀਆ ਨਿਊਜ਼ ਤੇ। ਧੰਨਵਾਦ ਜੀ, ਧੰਨਵਾਦ। ਨਾਲ ਦੀ ਨਾਲ ਮੁਬਾਰਕ ਤੁਹਾਨੂੰ ਇਹ ਵੀ ਹੈ ਕਿ ਤੁਸੀਂ ਕੋਰੋਨਾ ਪੋਜ਼ਿਟਿਵ ਤੋਂ ਨੈਗੇਟਿਵ ਹੋ ਕੇ ਆਏ ਹੋ। ਵੈਸੇ ਤਾਂ ਨੈਗੇਟਿਵ ਹੋਣਾ ਕਹਿੰਦੇ ਮਾੜੀ ਚੀਜ਼ ਹੁੰਦੀ ਹੈ, ਪੋਜ਼ਿਟਿਵ ਰਹਿਣਾ ਚਾਹੀਦਾ ਹੈਗਾ, ਪਰ ਤੰਦਰੁਸਤੀ ਹੈ ਕਿ ਲੱਖਾਂ ਦੁਆਵਾਂ ਦੇ ਨਾਲ ਤੁਸੀਂ ਜਲਦੀ ਠੀਕ ਹੋਏ ਹੋ, ਤੰਦਰੁਸਤ ਹੋਏ ਹੋ ਤੇ ਹੁਣ ਮੈਦਾਨ ਦੇ ਵਿੱਚੋਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਕਰੋਨਾ ਕੋਈ ਬਹੁਤ ਵੱਡੀ ਬਿਮਾਰੀ ਨਹੀਂ ਹੈ, ਇਹ ਬਲਕਬੰਦਾ ਇੱਕ ਰੋਗ ਆ, ਪਹਿਲਾਂ ਤੋਂ ਹੀ ਆ। ਇਹ ਥੋੜ੍ਹੇ ਕਿਤੇ ਸੂਤ ਹੋ ਜਾਂਦਾ, ਭਾਫ ਨਾਲ ਵੀ ਠੀਕ ਹੋ ਜਾਂਦਾ, ਮਖਾਲ ਨਾਲ ਵੀ ਠੀਕ ਹੋ ਜਾਂਦਾ, ਥੋੜ੍ਹਾ ਜਿਹਾ ਪਰਹੇਜ਼ ਰੱਖੇ ਤੋਂ ਗਰਾਰੇ ਕੀਤੇ ਤੋਂ ਵੀ ਠੀਕ ਹੋ ਜਾਂਦਾ। ਜਿੱਡਾ ਇਹਦਾ ਹੋਊਗਾ, ਐਡੀ ਬਿਮਾਰੀ ਨਹੀਂ, ਮੈਂ ਬਿਲਕੁਲ ਤੰਦਰੁਸਤ ਹਾਂ, ਠੀਕ ਹੋ ਗਿਆ। ਤਾਂ ਸਿਹਤ ਵਿਗੜ ਕਿਵੇਂ ਗਈ ਸੀ ਜੀ? ਕਿੰਨਾ ਕੁ, ਕਿਉਂਕਿ ਸਿਹਤ ਵਿਗੜਨ ਦਾ ਕਾਰਨ ਤਾਂ ਜਿੰਨੀ ਭੱਜ ਨੱਠ ਰਹਿੰਦੀ ਸੀ, ਜਿੰਨਾ ਬੋਲ ਬੁਲਾਰਾ ਦਿੰਦਾ ਸੀ, ਉਹਦੇ 'ਚ ਥਕਾਵਟਾਂ, ਵੇਲੇ ਕੁ ਵੇਲੇ ਰੋਟੀ ਖਾਣਾ, ਵੇਲੇ ਕੁ ਵੇਲੇ ਆਉਣਾ ਸੌਣਾ, ਇਸ ਕਰਕੇ ਲੰਮੇ ਸਫ਼ਰ ਕੱਢਣਾ, ਇਹ ਕੁਛ ਕਾਰਨ ਸੀ ਜਿਹਦੇ ਕਰਕੇ ਸਿਹਤ 'ਚ ਪੈ ਜਾਂਦਾ ਫਰਕ, ਕੋਈ ਐਡੀ ਗੱਲ ਨਹੀਂ ਸੀ। ਕਿਉਂਕਿ ਬੜੇ ਚਾਹੁਣ ਵਾਲੇ ਸੀ ਤੁਹਾਡੇ, ਸਭ ਤੁਹਾਡੇ ਦੁਆ ਕਰ ਰਹੇ ਸੀ ਕਿਉਂਕਿ ਜਲਦ ਤੋਂ ਜਲਦ, ਕਿਉਂਕਿ ਕਿਸਾਨੀ ਸੰਘਰਸ਼ ਨੂੰ ਤੁਹਾਡੇ ਵਰਗੇ ਨੇਤਾਵਾਂ ਦੀ ਬੇਹੱਦ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਸਿਹਤ ਦੀ ਜ਼ਰੂਰਤ ਹੈ। ਇਸ ਸਮੇਂ ਪੰਜਾਬ ਦੀਆਂ ਜਿੰਨੀਆਂ ਵੀ ਕਿਸਾਨ ਜਥੇਬੰਦੀ ਨੇ, ਕਿਸਾਨ ਸੰਗਠਨ ਨੇ, ਸਭ ਦੇ ਜਿਹੜੇ ਅਧਿਅਕਸ਼ ਨੇ, ਪ੍ਰਧਾਨ ਨੇ, ਨੇਤਾ ਨੇ, ਉਹ ਬਾਖੂਬੀ ਆਪਣਾ ਰੋਲ ਜਿਹੜਾ ਉਹ ਨਿਭਾ ਰਹੇ ਨੇ। ਤੁਹਾਡਾ ਨਾਮ ਭਾਰਤ ਦੇ ਸਭ ਤੋਂ ਵੱਧ ਮਜ਼ਬੂਤ ਵਿਅਕਤੀਆਂ ਦੀ ਸੂਚੀ ਦੇ ਵਿੱਚ ਆਉਣਾ, ਰਕੇਸ਼ ਟਿਕੈਤ ਤੇ ਤੁਹਾਡਾ ਨਾਮ ਕਿਵੇਂ ਦੇਖਦੇ ਹੋ? ਕਿਉਂਕਿ ਵੱਡਾ ਲੰਮਾ ਤਜਰਬਾ ਰਿਹਾ, ਤੁਸੀਂ ਕਿਸਾਨੀ ਲੜਾਈ ਲੜੀ ਆ, ਇਸ ਨੂੰ ਲੈ ਕੇ ਇਹ ਮਾਣ ਮਹਿਸੂਸ ਹੋਇਆ? ਦੇਖੋ, ਸੂਚੀ 'ਚ ਕਿਸੇ ਦਾ ਨੰਬਰ ਰੈਂਕ ਕਿਤੇ ਆ ਜਾਣਾ, ਇਸ ਗੱਲ ਦੀ ਬਹੁਤੀ ਮਹੱਤਤਾ ਨਹੀਂ ਹੈ। ਇਹ ਕੋਈ ਮਨੁੱਖ ਦੀ ਕਾਰਗੁਜ਼ਾਰੀ ਨਹੀਂ ਹੁੰਦੀ ਕਿਸੇ ਦੀ, ਕਿ ਮਨੁੱਖ ਕੋਈ ਤਾਕਤਵਰ ਹੈ। ਉਹਨਾਂ ਦੀ ਆਪਦੀ ਜਥੇਬੰਦੀ ਦੀ ਪੋਲਿਸੀ ਦਾ ਮਤਲਬ ਹੈ, ਉਹ ਜਦੋਂ ਆਪਦੀ ਪੋਲਿਸੀ ਮੁਤਾਬਕ ਕਿਸੇ ਸੰਘਰਸ਼ ਦੇ ਵਿੱਚ ਰੋਲ ਅਦਾ ਕਰਦੇ ਨੇ ਤਾਂ ਉਹਨੂੰ ਸਾਰਾ ਮੀਡੀਆ ਦੇਖਦਾ, ਲੋਕ ਦੇਖਦੇ ਨੇ, ਉਹਦੇ ਅਸਰਾਂ ਨੂੰ ਦੇਖਦੇ ਨੇ। ਉਹਦੇ 'ਚੋਂ ਦੇਖ ਕੇ ਹੀ ਜੋ ਪ੍ਰੈਸ ਨੇ ਸਾਨੂੰ 88ਵਾਂ ਮੈਨੂੰ ਰੈਂਕ ਦਿੱਤਾ ਹੈ, ਉਹਦਾ ਤਾਂ ਮੈਂ ਧੰਨਵਾਦ ਕਰਦੇ ਹਾਂ ਵੀ ਚਲੋ ਉਹਨਾਂ ਨੇ ਇਸ ਗੱਲ ਨੂੰ ਇਗਨੋਰ ਨਹੀਂ ਕੀਤਾ, ਉਹਨਾਂ ਨੇ ਇਹਨੂੰ ਧਿਆਨ 'ਚ ਰੱਖਿਆ ਗੱਲ ਨੂੰ। ਪਰ ਅਸਲ ਵਿੱਚ ਇਹ ਲੋਕਾਂ ਦੀ ਸ਼ਕਤੀ ਦਾ ਸਿੱਟਾ ਹੈ। ਅਸੀਂ ਲੋਕਾਂ ਕੋਲ ਗੱਲ ਲੈ ਕੇ ਗਏ ਹਾਂ, ਸਾਡੀ ਲੋਕਾਂ ਨੇ ਗੱਲ ਸੁਣੀ ਹੈ, ਸਾਡੇ ਨਾਲ ਲੋਕ ਤੁਰੇ ਨੇ, ਉਹਦੇ ਸਿੱਟੇ ਵਜੋਂ ਹੀ ਸਾਡਾ ਇੱਕ ਤਕੜੀ ਜਥੇਬੰਦੀ ਵਜੋਂ ਉੱਭਰ ਕੇ ਸਾਹਮਣੇ ਆਉਣ ਦਾ ਕਾਰਨ ਬਣਿਆ। ਸਖਤੀ ਦੀ ਗੱਲ ਕੀਤੀ ਹੈ ਤੁਸੀਂ, ਹੁਣ ਕਿਸਾਨਾਂ ਦੀ ਸਖਤੀ ਕੇਂਦਰ ਸਰਕਾਰ ਦੇ ਉੱਪਰ ਕਿੱਥੇ ਤੱਕ ਭਾਰੂ ਪੈ ਰਹੀ ਹੈ, ਕਿਉਂਕਿ ਡੈਡਲੌਕ ਬਣਿਆ ਹੋਇਆ, ਗੱਲਬਾਤ ਕਰਨ ਲਈ ਸਰਕਾਰ ਤਿਆਰ ਨਹੀਂ ਹੈਗੀ? ਦੇਖੋ, ਡੈਡਲੌਕ ਅਖਬਾਰੀ ਹੈ, ਬਣਿਆ ਹੋਇਆ, ਪਰ ਸਰਕਾਰ ਹਰ ਰੋਜ਼ ਹਰਜੇ 'ਚ ਜਾ ਰਹੀ ਹੈ, ਅਸੀਂ ਹਰ ਰੋਜ਼ ਅੱਗੇ ਵੱਧ ਰਹੇ ਹਾਂ। ਆਉਣ ਵਾਲੇ ਦਿਨਾਂ 'ਚ ਅਸੀਂ ਜਿੱਤਾਂਗੇ, ਸਰਕਾਰ ਨੇ ਹਾਰਨਾ, ਸਾਡੇ ਹੌਸਲੇ ਬੁਲੰਦ ਨੇ, ਸਾਨੂੰ ਪੂਰੀ ਸਪੋਰਟ ਹੈ, ਕੰਮ ਦੀ ਰੁੱਤ ਦੀਆਂ ਬਿਉਂਤਬੰਦੀਆਂ ਹੀ ਹੋ ਗਈਆਂ, ਅਸੀਂ ਲੰਮਾ ਲੜਨ ਦੀ ਸਮਰੱਥਾ ਰੱਖਦੇ ਹਾਂ। ਬਿਉਂਤਬੰਦੀ ਕਰਕੇ ਦਿੱਲੀ ਗਏ ਸੀ, ਜਿੰਨੀ ਬਿਉਂਤਬੰਦੀ ਕੀਤੀ ਸੀ, ਜਿਹੜੀਆਂ ਅਸੈਸਮੈਂਟਾਂ ਅਸੀਂ ਪਹਿਲਾਂ ਮੀਡੀਆ ਦੇ ਸਾਹਮਣੇ ਦਿੱਤੀਆਂ ਨੇ ਵੀ ਘੋਲ ਲੰਮਾ ਚੱਲਣਾ, ਲੋਹੜੀਆਂ ਵਿਸਾਖੀਆਂ ਇੱਥੇ ਹੋਣਗੀਆਂ, ਤੁਸੀਂ ਦੇਖਿਆ ਵੀ ਹੋ ਗਈਆਂ, ਇਸ ਕਰਕੇ ਸਾਨੂੰ ਕੋਈ ਹਰਜਾ ਨਹੀਂ, ਜਿੰਨੀ ਕੰਬਲੀ ਭੇਜਦੀ ਉਨੀ ਭਾਰੀ ਹੁੰਦੀ ਹੈ। ਕਿਉਂਕਿ ਮੈਨੂੰ ਯਾਦ ਆ ਜਦੋਂ ਸਭ ਤੋਂ ਪਹਿਲਾਂ ਮੈਂ ਤੁਹਾਡਾ ਇੰਟਰਵਿਊ ਕਰਿਆ ਸੀ, ਅੱਜ ਤੋਂ 6 ਮਹੀਨੇ ਪਹਿਲਾਂ, ਉਸ ਸਮੇਂ ਵੀ ਤੁਸੀਂ ਇਹ ਗੱਲ ਵੱਡੀ ਗੱਲ ਕਹੀ ਸੀ ਕਿ ਇਹ ਜਿਹੜੇ ਅੰਦੋਲਨ ਨੇ ਉਹ ਲੰਮੇ ਚੱਲ ਸਕਦੇ ਨੇ, ਸਾਲਾਂ ਵੱਧ ਚੱਲ ਸਕਦੇ ਨੇ, ਪਰ ਲੇਕਿਨ ਜਿੱਤ ਕਿਸਾਨਾਂ ਦੀ। ਹੁਣ ਤੁਹਾਨੂੰ ਕਿੰਨਾ ਕੁ ਲੱਗਦਾ, ਕਿੰਨਾ ਕੁ ਨੇੜੇ ਆਉਂਗੇ ਜਿੱਤ ਦੇ, ਕਿੰਨਾ ਕੁ ਨੇੜੇ ਆਉਂਗੇ, ਕਿੰਨਾ ਕੁ ਅਸਰ ਮੰਨ ਦਿਓਗੇ? ਕਿਉਂਕਿ ਤੁਸੀਂ ਟਿੱਕਰੀ ਬਾਰਡਰ ਦੇ ਉੱਪਰ ਸੰਯੁਕਤ ਕਿਸਾਨ ਮੋਰਚੇ ਨਾਲ ਵੀ ਤੁਹਾਡੀਆਂ ਮੀਟਿੰਗਾਂ ਹੁੰਦੀਆਂ ਨੇ, ਹੁਣ ਪੰਜਾਬ ਦੇ ਵਿੱਚ ਵੀ ਮਹਾਂਪੰਚਾਇਤਾਂ ਹੋ ਰਹੀਆਂ ਨੇ, ਰਾਜਸਥਾਨ, ਹੋਰ ਸੂਬਿਆਂ ਦੇ ਵਿੱਚ ਵੀ ਹੋ ਰਹੀਆਂ ਨੇ। ਵੈਸੇ ਤਾਂ ਅਸੀਂ ਬਹੁਤ ਕੁਛ ਜਿੱਤ ਲਿਆ, ਜੇ ਇਹ ਕਹਿਣਾ ਹੋਵੇ
ਸਰਟੀਫਿਕੇਟ ਲੈਣਾ ਬਾਕੀ ਹੈ। ਜਿੱਤ ਤਾਂ ਅਸੀਂ ਚੁੱਕੇ ਹਾਂ, ਅਸੀਂ ਉਹ ਜਿੱਤ ਚੁੱਕੇ ਹਾਂ ਜਿਨ੍ਹਾਂ ਦੀ ਸਾਨੂੰ ਸੰਭਾਵਨਾ ਨਹੀਂ ਸੀ। ਅਸੀਂ ਆਪਦੀ ਗੱਲ ਨੂੰ ਕੌਮੀ ਨਹੀਂ ਕੌਮਾਂਤਰੀ ਪੱਧਰ 'ਤੇ ਲੈ ਗਏ। ਇੱਕ ਇਤਿਹਾਸ ਸਿਰਜਤਾ ਕਿ ਅੰਦੋਲਨ ਐਂ ਲੜੀਦਾ ਹੁੰਦਾ ਹੈ, ਹਿੰਦੁਸਤਾਨ ਦੀਆਂ ਕੁੱਲ ਜਥੇਬੰਦੀਆਂ ਦਾ ਇਕੱਠੇ ਹੋਣਾ, ਇੱਕ ਸੁਰ 'ਚ ਹੋ ਕੇ ਲੜਨਾ, ਇੱਕ ਸੁਰ 'ਚ ਹੋ ਕੇ ਸੰਘਰਸ਼ ਕਰਨਾ ਆਪਣੇ ਆਪ 'ਚ ਹੀ ਬਹੁਤ ਮਹੱਤਵਪੂਰਨ ਹੈ। ਅਤੇ ਇਸ ਅੰਦੋਲਨ ਨੇ ਦੁਨੀਆ ਦੇ ਵਿੱਚ ਕਿਸਾਨੀ ਲਹਿਰ ਦਾ ਇੱਕ ਇਤਿਹਾਸ ਸਿਰਜਿਆ ਹੈ, ਇਹ ਬਹੁਤ ਵੱਡੀ ਪ੍ਰਾਪਤੀ ਹੈ। ਜਾਤਾਂ ਤੋਂ ਧਰਮਾਂ ਤੋਂ ਉੱਤੇ ਉੱਠ ਕੇ, ਇਕੱਲੇ ਰਾਜਨੀਤਿਕ ਲੋਕਾਂ ਤੋਂ ਪਾਸੇ ਹਟ ਕੇ, ਇਕੱਲੀ ਕਿਸਾਨੀ ਦੇ ਮਜ਼ਦੂਰਾਂ ਦੇ ਇਸ਼ੂਆਂ ਦੇ ਉੱਤੇ ਕਿਸੇ ਅੰਦੋਲਨ ਨੇ ਇੰਨਾ ਲੰਮਾ ਚੱਲਣਾ ਅਤੇ ਬਹੁਤ ਹੀ ਕਾਮਯਾਬ ਤਰੀਕੇ ਨਾਲ ਚੱਲਣਾ ਅਤੇ ਪੀਸਫੁੱਲ ਚੱਲਣਾ ਆਪਣੇ ਆਪ ਦੇ ਵਿੱਚ ਇੱਕ ਉਦਾਹਰਨ ਹੈ, ਬਹੁਤ ਵੱਡੀ ਪ੍ਰਾਪਤੀ ਹੈ। ਤੁਸੀਂ ਦੇਖਿਆ ਵੀ ਪਿਛਲੇ ਸਾਲਾਂ 'ਚ, ਆ ਪਿਛਲੇ ਮਹੀਨਿਆਂ 'ਚ ਹਰਿਆਣੇ ਅਤੇ ਪੰਜਾਬ ਦੇ ਟੋਲ ਪਲਾਜ਼ਿਆਂ 'ਚ ਜਨਤਾ ਨੂੰ 800 ਕਰੋੜ ਰੁਪਈਏ ਦੇ ਟੋਲ ਪਲਾਜ਼ੇ ਦੇ ਪੈਸੇ ਬਚੇ ਆ। ਬਹੁਤ ਹਾਸਲ ਵੀ ਕੀਤਾ ਅਤੇ ਗੁਆਇਆ ਵੀ ਹੈ। 350 ਤੋਂ ਵੱਧ ਅਸੀਂ ਜ਼ਿੰਦਗੀਆਂ ਗੁਆ ਚੁੱਕੇ ਹਾਂ ਇਸ ਮੋਰਚੇ 'ਚ। ਸਾਨੂੰ ਇਸ ਗੱਲ ਤੋਂ ਦੁੱਖ ਤਾਂ ਹੈ ਕਿ ਸਾਡੇ ਸਾਥੀ, ਸਾਡੇ ਬੱਚੇ ਸਾਡੇ ਘਰਾਂ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਗਈਆਂ, ਪਰ ਨਾਲ ਦੀ ਨਾਲ ਇਹ ਮਾਣ ਵੀ ਹੈ ਵੀ ਉਹ ਸੰਘਰਸ਼ਾਂ ਦੇ ਅਖਾੜਿਆਂ 'ਚ ਗਈਆਂ। ਅਗਰ ਗੱਲ ਕੀਤੀ ਜਾਵੇ, ਕਿਉਂਕਿ ਇਲੈਕਸ਼ਨ ਦਾ ਦੌਰ ਚੱਲ ਰਿਹਾ, ਕਈ ਸੂਬਿਆਂ ਦੇ ਵਿੱਚ ਇਲੈਕਸ਼ਨ ਹੋ ਰਹੀ ਹੈਗੀ, ਉੱਥੇ ਵੀ ਜਾ ਕੇ ਕਿਸਾਨਾਂ ਵੱਲੋਂ ਪ੍ਰਚਾਰ ਕੀਤਾ ਗਿਆ, ਉਸ ਪ੍ਰਚਾਰ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਉਂਕਿ ਅਗਰ ਭਾਜਪਾ ਦੇ ਨੇਤਾ ਕਹਿ ਰਹੇ ਨੇ ਕਿ ਇਹ ਉਸ ਜਗ੍ਹਾ ਦੇ ਉੱਪਰ ਜਿਹੜਾ ਇਹ ਰਾਜਨੀਤੀ ਕਹਿ ਸਕਦੇ ਹਾਂ, ਰਾਜਨੀਤੀ ਦੇ ਹੱਥੇ ਚੜ੍ਹ ਚੁੱਕਿਆ ਕਿਸਾਨੀ ਅੰਦੋਲਨ, ਰਾਜਨੀਤਿਕ ਲੋਕਾਂ ਦੇ ਪਿੱਛੇ ਲਾ ਕੇ ਉਹਨਾਂ ਦੇ ਬਹਿਕਾਵੇ ਦੇ ਵਿੱਚ ਆ ਕੇ ਕਿਸਾਨ ਉੱਥੇ ਜਾ ਕੇ ਉਹਨਾਂ ਦਾ ਸਮਰਥਨ ਕਰਨ ਦੇ ਲਈ ਗਏ ਨੇ, ਭਾਜਪਾ ਦੇ ਖਿਲਾਫ ਗਏ ਨੇ। ਹੁਣ ਤੁਸੀਂ ਇਹ ਚੀਜ਼ਾਂ ਕਿਵੇਂ ਦੇਖਦੇ ਹੋ? ਅਗਰ ਉਸ ਜਗ੍ਹਾ ਦੇ ਉੱਪਰ ਭਾਜਪਾ ਜਿੱਤ ਹੋ ਜਾਂਦੀ ਹੈਗੀ ਤਾਂ ਕਿਤੇ ਨਾ ਕਿਤੇ ਇਹ ਕਿਸਾਨੀ ਅੰਦੋਲਨ ਨੂੰ ਉਹ ਨਹੀਂ ਲੱਗੇਗਾ ਵੀ ਉੱਥੇ ਜਾ ਕੇ ਕਿਸਾਨਾਂ ਨੇ ਪ੍ਰਚਾਰ ਕਰਿਆ ਸੀ, ਸਰਕਾਰ ਦੇ ਉੱਪਰ ਕੋਈ ਅਸਰ ਨਹੀਂ ਮਿਲਿਆ? ਲੇਕਿਨ ਇਹ ਗੱਲਾਂ ਭਾਵੇਂ ਹਜੇ ਬਾਅਦ ਦੀਆਂ ਨੇ, ਜਦੋਂ ਰਿਜ਼ਲਟ ਆਊਗਾ ਉਦੋਂ ਬਾਅਦ ਪਤਾ ਲੱਗੂਗਾ ਕਿ ਕਿਸਾਨਾਂ ਨੇ ਕਿੰਨਾ ਦਮ ਦਿਖਾਇਆ ਸੀ, ਪਰ ਬਹੁਤ ਕਹਿ ਸਕਦੇ ਹਾਂ ਕਿ ਸਮਰਥਨ ਕਿਸਾਨਾਂ ਨੂੰ ਉਸ ਸੀਟਾਂ ਦੇ ਵਿੱਚ ਵੀ ਜਾ ਕੇ ਬਹੁਤ ਵੱਡਾ ਮਿਲਿਆ। ਦੇਖੋ, ਸੰਘਰਸ਼ ਦੇ ਆਪਦੇ ਦਾਅ ਹੁੰਦੇ ਆ। ਸਰਕਾਰ ਨੇ ਸੰਘਰਸ਼ ਨੂੰ ਫੇਲ ਕਰਨ ਵਾਸਤੇ ਸਾਰੇ ਦਾਅ ਖੇਡੇ ਆ। ਅਸੀਂ ਆਪਦੇ ਸੰਘਰਸ਼ ਨੂੰ ਜਿੱਤਣ ਵਾਸਤੇ ਜਿਹੜਾ ਵੀ ਦਾਅ ਸਾਨੂੰ ਕਿਤੇ ਨਜ਼ਰ ਆਇਆ, ਅਸੀਂ ਆਪਦਾ ਦਾਅ ਖੇਡੇ। ਇਹ ਕੋਈ ਚੋਣਾਂ ਜਿੱਤਣ ਹਾਰ ਦਾ ਸਵਾਲ ਨਹੀਂ ਹੈ, ਇਹ ਚੋਣ ਵਾਲੇ ਸੂਬਿਆਂ ਦੇ ਵਿੱਚ ਇਹ ਗੱਲ ਨੂੰ ਲੈ ਕੇ ਜਾਣਾ ਕਿ ਬੀਜੇਪੀ ਧੱਕਾ ਕਰ ਰਹੀ ਹੈ ਕਿਰਤੀਆਂ ਨਾਲ, ਬੀਜੇਪੀ ਨੂੰ ਸਬਕ ਸਿਖਾਉਣਾ, ਬੀਜੇਪੀ ਦਾ ਵਿਰੋਧ ਕਰੋ, ਇਹ ਗੱਲ ਲੈ ਕੇ ਜਾਣਾ ਰਾਜਾਂ ਦੇ ਵਿੱਚ ਕੋਈ ਰਾਜਨੀਤਿਕ ਸਤਾ ਹਾਸਲ ਕਰਨਾ ਨਹੀਂ ਹੈ। ਜਿਹੜੀਆਂ ਜਥੇਬੰਦੀਆਂ ਉੱਥੇ ਪ੍ਰਚਾਰ ਕਰਨ ਵਾਸਤੇ ਭੇਜੀਆਂ ਨੇ ਸੰਯੁਕਤ ਮੋਰਚੇ ਵੱਲੋਂ, ਉਹਨਾਂ ਨੇ ਇੱਕੋ ਇੱਕ ਇਸ਼ੂ ਰੱਖਿਆ ਕਿ ਬੀਜੇਪੀ ਕਾਰਪੋਰੇਟ ਸੈਕਟਰ ਨੂੰ ਪਬਲਿਕ ਸੈਕਟਰ ਵੇਚਣ ਜਾ ਰਹੀ ਹੈ, ਇਹ ਦੇਸ਼ ਨੂੰ ਵੇਚਣ ਜਾ ਰਹੀ ਹੈ, ਅਡਾਨੀਆਂ ਵਾਲਿਆਂ ਦੇ ਹਵਾਲੇ ਕਰਨ ਜਾ ਰਹੀ ਹੈ, ਇਹਦੀਆਂ ਨੀਤੀਆਂ ਪਾਲਿਸੀਆਂ ਖਤਰਨਾਕ ਨੇ, ਇਹਨੂੰ ਸਬਕ ਸਿਖਾਇਆ ਜਾਵੇ। ਪਤਾ ਜੀ, ਇੱਕ ਚੀਜ਼ ਹੋਰ ਨਿਕਲ ਕੇ ਸਾਹਮਣੇ ਆਉਂਦੀ ਆ, ਹੁਣ ਚੀਜ਼ ਕਾਫੀ ਇਹ ਮੰਗ ਉੱਠਣ ਲੱਗੀ ਆ, ਆਮ ਲੋਕ ਨੇ ਜਿਹੜੇ ਉਹ ਵੀ ਇਹ ਚੀਜ਼ਾਂ ਕਹਿਣੀਆਂ ਸ਼ੁਰੂ ਕਰ ਰਹੇ ਨੇ ਕਿ ਹੁਣ ਸੰਘਰਸ਼ ਚੱਲ ਰਿਹਾ, ਬਹੁਤ ਕੁਝ ਸੰਘਰਸ਼ ਦੇ ਵਿੱਚੋਂ ਸਿੱਖਣ ਨੂੰ ਮਿਲਿਆ ਗਾ, ਬਹੁਤ ਕੁਝ ਏਕਾ ਹੋਇਆ ਗਾ, ਭਾਈਚਾਰਕ ਸਾਂਝ ਵਧੀਆ, ਪਰ ਹੁਣ ਇਹ ਰਾਜਨੀਤਿਕ ਲੋਕਾਂ ਦੇ ਹੱਥੋਂ ਜਿਹੜਾ ਇਹ ਸੜਾਉਣ ਦੇ ਲਈ, ਤਾਂ ਜਿਹੜੇ ਇਹ ਲੋਕ ਨੇ, ਕਿਸਾਨ ਨੇ, ਕਿਸਾਨ ਨੇਤਾ ਨੇ ਇੰਨਾ ਕੰਮ ਕਰਦੇ, ਇਹਨਾਂ ਨੂੰ ਖੁਦ ਅੱਗੇ ਆਉਣਾ ਚਾਹੀਦਾ, ਖੁਦ ਇਹਨਾਂ ਨੂੰ ਇਲੈਕਸ਼ਨ ਲੜਨੀ ਚਾਹੀਦੀ ਆ। ਅਗਰ ਇਸ ਤਰ੍ਹਾਂ ਦੇ ਲੋਕ ਅੱਗੇ ਆਉਣਗੇ, ਫਿਰ ਸਮਾਜ ਦੀ ਸੇਧ ਹੋ ਸਕਦੀ ਆ, ਫਿਰ ਲੋਕਾਂ ਦੇ ਲਈ, ਕਿਸਾਨਾਂ ਦੇ ਲਈ ਚੰਗੇ ਕਾਨੂੰਨ ਬਣ ਸਕਦੇ ਨੇ। ਅਗਰ ਤੁਸੀਂ ਵਿਧਾਨ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ ਬੈਠੋਗੇ, ਇਹ ਚੀਜ਼ਾਂ ਨੂੰ ਕਿਵੇਂ ਦੇਖ ਸਕਦੇ ਹੋ ਕਿ ਮੰਗ ਕਰ ਰਹੇ ਲੋਕ ਕਿ ਇਲੈਕਸ਼ਨ ਕਿਸਾਨ ਲੜਨ ਖੁਦ? ਦੇਖੋ, ਫਿਲਹਾਲ ਇਸ਼ੂ ਹੈਗਾ ਕਾਨੂੰਨਾਂ ਦੇ ਵਾਪਸ ਕਰਾਉਣ ਦਾ। ਕਾਨੂੰਨਾਂ ਦੀ ਵਾਪਸੀ ਤੱਕ ਦੂਜੀਆਂ ਗੱਲਾਂ ਵਿੱਚ ਲੈ ਕੇ ਆਉਣ ਦਾ ਕੋਈ ਅਰਥ ਨਹੀਂ। ਜਿੰਨਾ ਚਿਰ ਇਹ ਸੰਘਰਸ਼ ਚੱਲਦਾ ਹੈ, ਕਾਨੂੰਨਾਂ ਦੀ ਵਾਪਸ ਦੇ ਚੱਲਦਾ, ਸੋਚਿਆ ਜਾ ਸਕਦਾ ਕਿਸੇ ਦੀ ਵੀ ਰਾਜਨੀਤਿਕ ਸਮਝ ਕੋਈ ਹੋਵੇ, ਕੋਈ ਬਣਦੀ ਹੋਵੇ, ਜੇ ਸੋਚਣਾ ਵੀ ਹੈ ਕਿਸੇ ਨੇ, ਤਾਂ ਮੋਰਚੇ ਤੋਂ ਬਾਅਦ ਸੋਚਿਆ ਜਾ ਸਕਦਾ, ਉਹ ਸੋਚ ਸਕਦੇ ਨੇ ਕੋਈ ਲੋਕ, ਕਿਉਂਕਿ ਵੱਡਾ। ਪਰ ਸਾਡੀ ਜਥੇਬੰਦੀ ਜਿਹੜੇ ਇਸ਼ੂ ਨੂੰ ਲੈ ਕੇ ਚੱਲੀ ਆ, ਜਿਹੜੀ ਲਾਈਨ 'ਤੇ ਹੈ, ਅਸੀਂ ਨਾ ਇਲੈਕਸ਼ਨ ਲੜਨਾ, ਨਾ ਇਲੈਕਸ਼ਨ 'ਚ ਕਿਸੇ ਦੀ ਸਪੋਰਟ ਕਰਨੀ ਹੈ, ਅਸੀਂ ਜਨਤਕ ਖੇਤਰ ਦੇ ਵਿੱਚ ਹੀ ਕੰਮ ਕਰ ਰਿਹਾ,
ਇੱਥੋਂ ਤੱਕ ਹੀ ਸਾਡੀ ਸੀਮਾ ਉਹਨਾਂ ਚਿਰ ਅਸੀਂ ਉੱਧਰ ਹੀ ਲੜਦੇ ਰਹਾਂਗੇ। ਪੰਜਾਬ ਦੇ ਵਿੱਚ ਜੋ ਕੁਝ ਹੋ ਰਿਹਾ ਤੁਸੀਂ ਸਭ ਕੁਝ ਦੇਖ ਰਹੇ ਹੋਵੋਗੇ ਕਿ ਭਾਜਪਾ ਦੇ ਨੇਤਾਵਾਂ ਦਾ ਵਿਰੋਧ ਹੋ ਰਿਹਾ, ਮਲੋਟ ਦੇ ਵਿੱਚ ਜੋ ਕੁਝ ਹੋਇਆ ਉਹ ਘਟਨਾ ਨੂੰ ਕਿਵੇਂ ਦੇਖਦੇ ਹੋ ਪਹਿਲਾਂ ਤਾਂ? ਦੇਖੋ ਜਿਹੜਾ ਮਲੋਟ ਦੇ ਵਿੱਚ ਹੋਇਆ ਅਣਮਨੁੱਖੀ ਗੱਲ ਹੋਈ ਹੈ, ਉਹ ਗਲਤ ਹੋਈ ਹੈ, ਨਹੀਂ ਕਰਨੀ ਚਾਹੀਦੀ। ਪਰ ਅਸਲ ਵਿੱਚ ਬੀਜੇਪੀ ਨੂੰ ਇਹ ਗੱਲ ਦੇਖਣੀ ਚਾਹੀਦੀ ਹੈ ਵੀ ਪੰਜਾਬ ਦੇ ਵਿੱਚ ਬੀਜੇਪੀ ਦੇ ਹੱਥਾਂ ਨਾਲ ਚੋਲੇ ਹੋਏ ਨੁਮਾਇੰਦੇ ਨਾਲ ਇੱਥੋਂ ਤੱਕ ਲੋਕ ਚਲੇ ਕਿਉਂ ਗਏ, ਇੰਨੀ ਦੁਰਦਸ਼ਾ ਉਹਨਾਂ ਨੇ ਕੀਤੀ ਕਿਉਂ ਆਪਦੀ, ਇਹ ਗੱਲ ਵਿਚਾਰਨੀ ਚਾਹੀਦੀ ਹੈ। ਜੇ ਤੁਹਾਡੇ ਨਾਲ ਅਚਾਨਕ ਤੁਹਾਡਾ ਕੋਈ ਭਰਾ, ਤੁਹਾਡਾ ਕੋਈ ਬੱਚਾ ਜਿਹੜਾ ਤੁਹਾਡਾ ਆਗਿਆਕਾਰੀ ਵੀ ਹੋਵੇ ਕਿਸੇ ਵੇਲੇ ਤੁਹਾਡੇ ਨਾਲ ਇੰਨੀ ਤਲਖੀ ਜਾ ਜਾਵੇ ਕਿ ਤੁਹਾਡੀ ਗੱਲ ਸੁਣਨ ਨੂੰ ਤਿਆਰ ਨਾ ਹੋਵੇ, ਤੁਹਾਨੂੰ ਗਾਲਾਂ ਕੱਢਣ ਤੱਕ ਜਾਵੇ, ਤੁਹਾਨੂੰ ਇਹ ਨਹੀਂ ਚੱਕਣਾ ਵਿਚਾਰਨਾ ਚਾਹੀਦਾ ਵੀ ਇਹਨੂੰ ਕਿਸੇ ਨੇ ਚੱਕਿਆ, ਤੁਹਾਨੂੰ ਇਹ ਵਿਚਾਰਨਾ ਚਾਹੀਦਾ ਵੀ ਇਹ ਰਾਹ ਪੈ ਕਿਉਂ ਗਿਆ। ਹੁਣ ਇਹ ਘਟਨਾ ਐਡੀ ਵਾਪਰ ਗਈ, ਬੀਜੇਪੀ ਦਾ ਜ਼ੋਰ ਲੱਗਿਆ ਵੀ ਸਜ਼ਾਵਾਂ ਦਵਾਈਏ ਉਹਨਾਂ ਨੂੰ, ਬਜਾਏ ਇਸ ਗੱਲ ਦੇ ਕਿ ਘਟਨਾ ਵਾਪਰੀ ਕਿਉਂ ਹੈ, ਪੰਜਾਬ ਦੇ ਲੋਕ ਇੰਨੇ ਬੀਜੇਪੀ ਤੋਂ ਔਖੇ ਕਿਉਂ ਨੇ, ਪੰਜਾਬ ਦੇ ਲੋਕ ਆਹ ਗੱਲਾਂ ਕਰਨ ਕਿਉਂ ਜਾ ਰਹੇ ਨੇ, ਪੰਜਾਬ ਦੇ ਲੋਕ ਬੀਜੇਪੀ ਦੇ ਲੋਕਾਂ ਨੂੰ ਬੋਲਣ ਕਿਉਂ ਨਹੀਂ ਦਿੰਦੇ, ਇਹ ਗੱਲ ਵਿਚਾਰਨ ਦੀ ਬਜਾਏ ਦਿਸ਼ਾ ਦੂਜੀ ਲਈ ਜਾ ਰਹੀ ਹੈ, ਇਹ ਗਲਤ ਹੈ। ਜਿਹੜੇ ਕਿਸਾਨਾਂ ਦੇ ਉੱਪਰ ਮਾਮਲੇ ਦਰਜ ਹੋਏ ਨੇ ਤੁਸੀਂ ਵੀ ਗੱਲ ਕੀਤੀ ਆ, ਕਿਸਾਨ ਉੱਥੇ ਇਹ ਚੀਜ਼ਾਂ ਨਿਕਲ ਗਿਆ ਨੇ, ਉਹ ਕਿਸਾਨਾਂ ਦੇ ਉੱਪਰ ਵੀ ਮਾਮਲੇ ਦਰਜ ਹੋ ਚੁੱਕੇ ਨੇ ਜਿਨ੍ਹਾਂ ਦੀ ਮੌਤ ਪਹਿਲਾਂ ਹੋ ਚੁੱਕੀ ਹੈਗੀ, ਕਈ ਅੰਗਹੀਣ ਨੇ, ਇਹ ਚੀਜ਼ਾਂ ਇਹ ਕਿਵੇਂ ਦੇਖਦੇ ਹੋ? ਕਿਉਂਕਿ ਇਸ ਨੂੰ ਲੈ ਕੇ ਕਿਸਾਨੀ ਜਿਹੜੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਜਗਜੀਤ ਸਿੰਘ ਡੱਲੇਵਾਲ ਨਾਲ ਸਾਡੀ ਗੱਲਬਾਤ ਹੋਈ, ਉਹਨਾਂ ਨੇ ਕਿਹਾ ਅਸੀਂ ਮੋਰਚਾ ਸਾਹਮਣੇ ਹੋਏਗਾ, ਅਸੀਂ ਉਹ ਕਿਸਾਨਾਂ ਦੇ ਬੈਕ 'ਤੇ ਖੜਾਂਗੇ, ਕਿਉਂਕਿ ਜੇ ਅੱਜ ਉੱਥੇ ਨਹੀਂ ਖੜਾਂਗੇ ਤਾਂ ਸਾਡਾ ਕੋਈ ਫਾਇਦਾ ਨਹੀਂ ਹੈਗਾ, ਕਿਉਂਕਿ ਉਹ ਲੜਾਈ ਲੜ ਰਹੇ ਸੀ, ਜੋ ਕੁਝ ਹੋਇਆ ਉੱਥੇ ਉਹ ਭਾਜਪਾ ਦੀ ਗਲਤੀਆਂ ਕਾਰਨ ਹੋਇਆਗਾ, ਕਿਸੇ ਦੀ ਮਨਸਾ ਹੀ ਨਹੀਂ ਹੈਗੀ ਸੀ। ਇਹ ਚੀਜ਼ਾਂ ਨੂੰ ਤੁਸੀਂ ਕਿਵੇਂ? ਦੇਖੋ ਪਰਚੇ ਦਰਜ ਕਰਨਾ, ਚਲੋ ਮਲੋਟ ਵਾਲੀ ਘਟਨਾ ਤਾਂ ਇੱਕ ਬਹਾਨਾ ਮਿਲ ਗਿਆ ਵੀ ਉੱਥੇ ਪਰਚੇ ਦਰਜ ਕਰ, ਸਾਡੇ ਤੇ ਕਦੇ ਪਰਚੇ ਦਰਜ ਕੀਤੇ ਨੇ ਡਾਕੇ ਦੇ 307 ਦੇ, ਕਾਹਦੇ ਪਰਚੇ ਦਰਜ ਕੀਤੇ ਨੇ? ਇਹ ਝੂਠੇ ਪਰਚੇ ਦਰਜ ਕਰਨ ਤੇ ਕਰਾਉਣ ਦੀ ਆਦੀ ਨੇ ਬੀਜੇਪੀ ਆ, ਠੀਕ ਹੈ ਇਹ ਗੱਲ, ਜੇ ਉਹਨਾਂ ਨੂੰ ਗਏ ਜਦੋਂ ਪਤਾ ਸੀ ਉਹਨਾਂ ਨੂੰ ਵੀ ਬੀਜੇਪੀ ਦਾ ਪੰਜਾਬ ਦੇ ਵਿੱਚ ਇੰਨਾ ਵਿਰੋਧ ਹੈ, ਤਾਂ ਇਹ ਕੀ ਜ਼ਰੂਰੀ ਹੈ ਵੀ ਜਨਤਾ ਨੂੰ ਹੋਰ ਗੁੱਸੇ ਕਰਨ ਤੇ ਹੋਰ ਭੜਕਾਉਣ ਬੈਲੈਂਸ ਕਰਨ ਵਾਸਤੇ ਤੁਸੀਂ ਉੱਥੇ ਜਾਓ? ਤੇ ਹੁਣ ਪਹਿਲੀ ਗੱਲ ਹੀ ਹੈ ਵੀ ਬਜਾਏ ਇਸ ਗੱਲ ਤੋਂ ਸਬਕ ਸਿੱਖਣ ਦੇ ਉਲਟਾ ਪਰਚੇ ਦਰਜ ਕਰਕੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੋਨੋਂ ਤਰ੍ਹਾਂ ਆਮਣੋ ਸਾਹਮਣੇ ਹੋ ਚੁੱਕੀਆਂ, ਕਿਉਂਕਿ ਕਿਸਾਨ ਵੀ ਧਰਨੇ ਦੇ ਬੈਠੇ ਨੇ, ਕਿਉਂਕਿ ਕਿਸਾਨਾਂ ਦੇ ਪਰਚੇ ਦਰਜ ਹੋ ਰਹੇ ਨੇ, ਬੀਜੇਪੀ ਵਾਲੇ ਆਪਦਾ ਅਲੱਗ ਤੋਂ ਪ੍ਰਦਰਸ਼ਨ ਕਰ ਰਹੇ ਨੇ ਕਿ ਸਾਡੇ ਵਿਧਾਇਕ ਨਾਲ ਕੁੱਟਮਾਰ ਹੋਈ ਹੈ, ਇਹ ਕਿਸਾਨ ਸਰਾਸਰ ਗਲਤ ਕਰ ਰਹੇ ਨੇ, ਇਹਨਾਂ ਨੂੰ ਰਾਜਨੀਤਿਕ ਸਹਿ ਆ ਗਈ, ਇਹ ਕਾਂਗਰਸ ਦੇ ਬੰਦੇ ਨੇ, ਇਹ ਅਕਾਲੀ ਦਲ ਦੇ ਬੰਦੇ ਨੇ, ਇਹ ਚੀਜ਼ਾਂ ਕਈ ਚੀਜ਼ਾਂ ਕਹੀਆਂ ਜਾ ਰਹੀਆਂ। ਦੇਖੋ ਇਹਦੇ 'ਚ ਬਹੁਤਾ ਨਹੀਂ ਆਪਾਂ ਨੂੰ ਪੈਣਾ ਚਾਹੀਦਾ, ਆਪੇ ਨਿਬੜਦੀ ਰਹੋ। ਹਰੀਤ ਗਰੇਵਾਲ ਤੁਹਾਡੇ ਤੇ ਬਲੇਮ ਕਰਦੇ, ਹੁਣ ਵੀ ਉਹ ਇਸ ਤਰ੍ਹਾਂ ਦਾ ਬਿਆਨ ਦਿੰਦੇ ਨੇ, ਉਹ ਕਹਿੰਦੇ ਨੇ ਕੁਝ ਲੀਡਰ ਨਹੀਂ ਨਿਬੜ ਦਿੰਦੇ, ਇਹ ਕਦੋਂ ਦਾ ਨਿਬੜ ਜੇ ਜਿਹੜਾ ਸੰਘਰਸ਼ ਹੈ? ਭੁਲੇਖ ਹੈ ਉਹਨੂੰ, ਕੋਈ ਇੱਕ ਲੀਡਰ ਫੈਸਲਾ ਨਹੀਂ ਕਰ ਸਕਦਾ, ਸਾਰੇ ਰਲ ਕੇ ਕਰਨਗੇ। ਹਰਜੀਤ ਗਰੇਵਾਲ ਨੂੰ ਵਿਚਾਰੇ ਨੂੰ ਕੀ ਪਤਾ ਹੈ, ਵਿਗਿਆਨ ਭਵਨ ਦੇ ਬੇਟਿੰਗ ਹਾਲ 'ਚ ਬੈਠਾ ਹੁੰਦਾ, ਉਹ ਮੀਟਿੰਗ ਦੇ ਹਾਲ ਤੱਕ ਤੁਹਾਨੂੰ ਕਿਤੇ ਪਹੁੰਚਣ ਨਹੀਂ ਦਿੱਤਾ ਕਿਸੇ ਨੇ, ਉਹ ਕੀ ਮਸਲਾ ਹੱਲ ਕਰਾਊਗਾ? ਉਹ ਬੇਲੋੜਾ ਬੋਲਦਾ, ਬੇਤੁਕਾ ਬੋਲਦਾ, ਵਾਧੂ ਗਾਲਾਂ ਖਾਂਦਾ, ਐਵੇਂ ਬੁਰੇ ਦੇ ਬਾਰ 'ਚ ਬੰਨਿਆ ਹੋਇਆ, ਨਾ ਉਹਦੇ ਕੋਲ ਕੋਈ ਹਥਿਆਰ ਹੈ, ਕਹਿ ਜਾਂਦਾ ਵੀ ਕਾਨੂੰਨ ਨਹੀਂ ਰੱਦ ਹੁੰਦਾ, ਤੇਰੇ ਕੋਲ ਕੋਈ ਹਥਿਆਰ ਅਥਾਰਟੀ ਹੈ? ਕਹਿੰਦਾ ਮੈਂ ਸੱਚਾ ਸੁੱਚਾ ਬੰਦਾ, ਮੈਂ ਜੱਟ ਬੰਦਾ, ਮੈਂ ਝੂਠ ਨਹੀਂ ਬੋਲ ਸਕਦਾ, ਜੋ ਕੁਝ ਅੰਦਰ ਹੋਇਆ ਕਹਿੰਦਾ ਮੈਂ ਆ ਕੇ ਕਿਸਾਨਾਂ ਨੂੰ ਦੱਸ ਦਿੰਦਾ ਵੀ ਭਾਈ, ਕਹਿੰਦਾ ਜੇ ਮੈਂ ਆ ਕੇ ਅੰਦਰ ਇਹ ਗੱਲ ਕਹਾਂ ਵੀ ਇਹ ਕਾਨੂੰਨ ਰੱਦ ਹੋ ਜਾਣਾ, ਕਹਿੰਦਾ ਫਿਰ ਇਹ ਖੁਸ਼ ਹੋ ਜਾਣਾ, ਕਹਿੰਦਾ ਜੋ ਕੁਝ ਹੋਇਆ ਅੰਦਰ ਮੈਂ ਹੁਣ ਵੀ ਕਹਿਣਾ ਵੀ ਕਾਨੂੰਨ ਰੱਦ ਨਹੀਂ ਹੋਣ। ਜੱਟ ਤਾਂ ਅਸੀਂ ਸਾਰੇ ਹੀ ਹਾਂ, ਪਰ ਉਹ ਮੂਰਖ ਹੈ ਨਾਲ, ਇਕੱਲਾ ਜੱਟ ਨਹੀਂ ਨਾ ਉਹ, ਨਾਲ ਮੂਰਖ ਹੈ, ਉਹ ਬੀਜੇਪੀ ਦਾ ਬੰਨਿਆ ਹੋਇਆ ਵੀ ਐਂ ਭੌਂਕਣਾ, ਉਹ ਸਿਰੇ ਦਾ ਮੂਰਖ ਬੰਦਾ ਹੈ। ਮੈਨੂੰ ਇਹ ਦੱਸੋ ਉਹਨੂੰ ਕੀ ਕਹਿਣ ਦੀ ਲੋੜ ਆ ਵੀ ਕਾਨੂੰਨ ਰੱਦ ਨਹੀਂ ਹੋਣਗੇ? ਇਹ ਪ੍ਰਧਾਨ ਮੰਤਰੀ ਕਹਿ ਦੇ, ਅਮਿਤ ਸ਼ਾਹ ਕਹਿ ਦੇ, ਤੋਮਰ ਕਹਿ ਦੇ, ਤੂੰ ਤਾਂ ਕੋਸ਼ਿਸ਼ ਕਰ ਵੀ ਮੈਂ ਜ਼ੋਰ ਲਾਉਣਾ ਭਾਈ ਗੱਲ ਕਰਕੇ ਮਸਲਾ ਸੈੱਟ ਕਰਨ ਦੀ, ਤੂੰ ਬੁਰੇ ਜਵਾਬ ਕਾਹਦੇ ਵਾਸਤੇ ਬੰਨੇ? ਵੋਟਾਂ ਤੈਨੂੰ ਕਿਸੇ ਨੇ ਦੇਣੀਆਂ ਨੇ, ਧਨੌਲੇ ਤੈਨੂੰ ਕਿਸੇ ਨੇ ਵੜ ਨਹੀਂ ਦਿੱਤਾ, ਬਰਨਾਲੇ 'ਚ ਤੂੰ ਪੈਰ ਨਹੀਂ ਧਰ ਸਕਦਾ, ਰਿਸ਼ਤੇਦਾਰ ਤੈਨੂੰ ਗਾਲਾਂ ਕੱਢੀ ਜਾਂਦੇ ਨੇ,
ਲੋਕਾਂ ਚ ਤੂੰ ਜਾ ਨਹੀਂ ਸਕਦਾ। ਤੁਹਾਡੇ ਨਾਲ ਐਡੀ ਤਲਖੀ ਕਾਹਤੋਂ ਆ, ਤੁਹਾਨੂੰ ਕਾਹਤੋਂ ਇਹ ਚੀਜ਼ਾਂ ਲੈਂਦੇ ਨੇ? ਮੇਰੇ ਨਾਲ ਉਹਦੀ ਕੋਈ ਤਲਖੀ ਨਹੀਂ, ਮੇਰਾ ਤਾਂ ਆੜੀ ਆ ਉਹ। ਮੈਂ ਐਂ ਤਾਂ ਉਹ ਕਹਿ ਰਹੇ ਨੇ, ਉਹ ਕਹਿੰਦੇ ਜੋਗਿੰਦਰ ਗ੍ਰਾਹਾਂ ਆ, ਸੂਝਵਾਨ ਬੰਦਾ, ਸਮਝਦਾਰ ਬੰਦਾ, ਕਹਿੰਦੇ ਪਰ ਜਿਹੜੀ ਉਹਦੀ ਜਿਹੜੀ ਚੀਜ਼ ਸੋਚ ਨਾਲ ਜੁੜਿਆ ਹੋਇਆ ਹੈਗਾ ਉਹਨੂੰ ਤੁਹਾਡੇ ਨੂੰ ਗਲਤ ਦੱਸ ਰਿਹਾ। ਦੇਖੋ ਮੇਰੀ ਉਹਦੀ ਨਾ ਪਰਸਨਲ ਕੋਈ ਨਹੀਂ, ਮੈਂ ਤਾਂ ਉਹਨੂੰ ਸਲਾਹ ਦਿੰਦਾ। ਦੇਖ ਭਰਾਵਾ, ਸਾਰੇ ਲੋਕ ਪੋਲੀਟੀਕਲ ਪੈਂਚਰੇ ਖੇਡਦੇ ਨੇ। ਇਸ ਪੋਲੀਟੀਕਲ ਪੈਂਚਰੇ ਦੇ ਵਿੱਚ ਜੋ ਤੇਰੇ ਕੋਲ ਚੰਗਾ ਹੁੰਦਾ ਉਹ ਕਰ ਲੈ, ਜੋ ਨਹੀਂ ਹੁੰਦਾ ਕਿਉਂ ਖਾਮ ਖਾ ਬੁਰੇ ਦੇ ਬਾਰ ਚ ਬੰਨੇ। ਇਹ ਇਹਨਾਂ ਨੂੰ ਤੁਸੀਂ ਦੇਖਦੇ ਹੋ ਕਿ ਮਾਹੌਲ ਖਰਾਬ ਕਰਨ, ਜਿਵੇਂ ਹੁਣ ਜੇ ਅਗਰ ਭਾਜਪਾ ਨੇਤਾ ਹੁਣ ਗੱਲ ਆਪਾਂ ਕਰੇ ਰਹੇ ਹਾਂ ਕਿ ਬਲੋਟ ਦੀ ਘਟਨਾ ਤੋਂ ਬਾਅਦ ਫਿਰ ਅਜੀਤ ਗਰੇਵਾਲ ਵਾਲੇ ਵੀ ਕਹਿੰਦੇ ਨੇ ਕਿ ਅਸੀਂ ਜਾਵਾਂਗੇ, ਅਸੀਂ ਮੀਟਿੰਗਾਂ ਵੀ ਕਰਾਂਗੇ, ਮੈਂ ਲੁਧਿਆਣੇ ਵੀ ਜਾਣਾ, ਮੈਂ ਹੋਰ ਸਮੇਂ ਜਾਣਾ, ਤਾਂ ਘੇਰ ਕੇ ਦੇਖ ਲੈਣ। ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਜੇ ਇਸ ਚੀਜ਼ਾਂ ਨੂੰ ਬਚਿਆ ਜਾ ਸਕਦਾ ਹੈ। ਪਹਿਲਾਂ ਮੈਨੂੰ ਇਹ ਦੱਸ ਵਿੱਕੀ, ਜੇ ਤਾਂ ਸਰਪੰਚੀ ਦੀ ਚੋਣ ਲੜਨੀ ਹੋਵੇ, 5 ਸਾਲ ਪਹਿਲਾਂ ਲੋਕਾਂ ਦੇ ਕੱਟੇ ਵੱਛੇ ਬਣਨ ਲੱਗ ਜਾਂਦੇ ਲੋਕ, ਉਹਨੂੰ ਗਾਂ ਹੁੰਦੀ ਹੈ। 2022 ਦੀਆਂ ਚੋਣਾਂ ਆ ਰਹੀਆਂ, ਇਹ ਬੀਜੇਪੀ ਆਹ ਸ਼ਬਦ ਬੋਲ ਕੇ ਬੀਜੇਪੀ ਦਾ ਫਾਇਦਾ ਕਰ ਰਿਹਾ ਕੋਈ? 2022 ਚ ਘਰ ਘਰ ਜਾ ਕੇ ਵੋਟਾਂ ਮੰਗਣੀਆਂ ਨੇ। ਆਹ ਜਿਹੜੀਆਂ ਉਹਦੇ ਬਿਆਨਬਾਜ਼ੀ ਹੈ, ਇਹਨੂੰ ਲੋਕ ਭੁੱਲਣਗੇ? ਵੱਢ ਜੂਗਾ ਗ੍ਰਾਂ ਚ, ਧਨੌਲੇ ਵੱਢ ਜੂਗਾ, ਬਰਨਾਲੇ ਵੱਢ ਜੂਗਾ। ਇਹਨੂੰ ਗਾਲਾਂ ਤਾਂ ਮਿਲਦੀਆਂ ਨੇ, ਇਹਨੂੰ ਕੁੱਟਣਾ ਦੇਵੇ ਸਾਨੂੰ ਫਿਕਰ ਹੈ, ਇਹਨੂੰ ਕੋਈ ਕੁੱਟਣਾ ਦੇਵੇ। ਇਸ ਕਰਕੇ ਇਹਨੂੰ ਸੰਭਲਣਾ ਚਾਹੀਦਾ। ਪੋਲੀਟੀਕਲ ਲੋਕ ਕਦੇ ਵੀ ਜਵਾਨ ਨਾਲ ਨਹੀਂ ਵਿਗਾੜਦੇ, ਉਹਦਾ ਕਲਮ ਨਾਲ ਵਿਗਾੜਦੇ। ਕਲਮ ਨਾਲ ਤੁਸੀਂ ਵਿਗਾੜ ਰੱਖਿਆ, ਹੁਣ ਜਵਾਨ ਵਿਗਾੜਨ ਵਾਸਤੇ ਆਹ ਬੰਨ ਰੱਖਿਆ, ਹੁਣ ਜਹਿਣੀ ਹੈ ਉਹ ਵੀ ਤਾਂ ਪੰਜਾਬ ਦੇ ਹੀ ਹੈ। ਬੀਜੇਪੀ ਦੇ ਕਿੰਨੇ ਨੇ ਇੱਥੇ ਬੈਠੇ ਹੋਏ, ਹੋਰ ਉਹ ਵੀ ਤਾਂ ਪੰਜਾਬ 'ਚ ਹੀ ਰਹਿੰਦੇ ਨੇ। ਇਹ ਇਕੱਲੇ ਨੂੰ ਕਿਉਂ ਗਾਲਾਂ ਮਿਲੀ ਜਾਂਦੀਆਂ ਨੇ? ਅਗਲੀ ਰਣਨੀਤੀ ਕੀ ਆ ਹੁਣ? ਹੁਣ ਅਗਲੀ ਰਣਨੀਤੀ ਸੰਘਰਸ਼ ਹੈ। 10 ਤਰੀਕ ਨੂੰ ਮਾਰਚ ਅਪ੍ਰੈਲ ਨੂੰ KPM ਰੋਡ 24 ਘੰਟਿਆਂ ਵਾਸਤੇ ਜਾਮ ਹੋਊ। 1 ਮਹੀਨੇ ਦੇ ਸੰਘਰਸ਼ਾਂ ਦਾ ਸੱਦਾ ਦੇ ਤਾ। 13 ਦੀ ਵਿਸਾਖੀ ਹੈ, ਵਿਸਾਖੀ ਮਨਾਵਾਂਗੇ ਉੱਥੇ ਮੋਰਚਿਆਂ 'ਚ। ਹਰ ਦਿਨ ਜਦੋਂ ਅੰਬੇਦਕਰ ਦਾ ਦਿਨ ਆਉਂਦਾ ਉਹ ਵੀ ਮਨਾਵਾਂਗੇ, ਸਾਰੇ ਦਿਨ ਮਨਾਵਾਂਗੇ। ਕੀ ਕੋਈ ਹੁਣ ਕਿਸਾਨਾਂ ਨੂੰ ਦਿੱਲੀ ਜਾਣ ਦੀ ਕੌਲ ਆ ਸਕਦੀ ਹੈ? ਕਿਹਾ ਜਾ ਰਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਵੀ ਮੀਟਿੰਗ ਹੋਣ ਜਾ ਰਹੀਆਂ ਨੇ। ਦਿੱਲੀ ਜਾਣ ਦੀ ਕਾਲ ਰੋਜ਼ ਰਹਿੰਦੀ ਹੈ, ਅੱਜ ਵੀ ਗਏ ਆ ਬੰਦੇ, ਪਿੰਡਾਂ 'ਚੋਂ ਜਾਂਦੇ ਆ, ਹਾੜੀ ਵੀ ਵੱਢਣੀ ਹੈ, ਮੋਰਚਾ ਵੀ ਚੱਲਣਾ, ਕਾਲ ਨਹੀਂ ਕਦੇ ਖਤਮ ਹੁੰਦੀ ਹੁੰਦੀ। ਕੋਈ ਸਪੈਸ਼ਲ ਕਾਲ ਸਪੈਸ਼ਲ ਡੇ 'ਤੇ ਸਪੈਸ਼ਲ ਹਿੱਸੇ ਨੂੰ ਬੁਲਾਉਣਾ ਹੋਵੇ, ਜਿਵੇਂ ਨੌਜਵਾਨਾਂ ਦਾ ਇਕੱਠ ਕੀਤਾ ਆਪਾਂ 23 ਮਾਰਚ ਨੂੰ, ਔਰਤ ਦਿਵਸ 'ਤੇ ਔਰਤਾਂ ਦਾ ਇਕੱਠ ਕੀਤਾ ਆਪਾਂ ਟਿੱਕਰੀ 'ਤੇ, ਉਸ ਤਰ੍ਹਾਂ ਦਾ ਦਿਨ ਕੋਈ ਆ ਜਾਵੇ ਉਹ ਸਪੈਸ਼ਲ ਕਾਲ ਕਰਕੇ ਸੱਦਿਆ ਜਾ ਸਕਦਾ। ਜੋਗਿੰਦਰ ਗ੍ਰਾਹਾਂ ਟਿੱਕਰੀ ਦੀ ਸਟੇਜ ਤੋਂ ਕਦੋਂ ਦੇਖਣ ਜਾ ਰਹੇ ਸੀ? 5 ਤਰੀਕ 5 ਨੂੰ ਮੈਂ ਟਿੱਕਰੀ ਤੋਂ ਸੰਬੋਧਨ ਹੋਊਂਗਾ 3 ਵਜੇ। ਅਗਰ ਇੱਕ ਚੀਜ਼ ਹੋਰ ਜਿਹੜੀ ਇੱਕ ਮੰਗ ਉੱਠ ਰਹੀ ਹੈ ਅਗਰਾਹ ਸਾਹਿਬ ਤੋਂ, ਉਹਦੇ ਵੀ ਜਾਣਨਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਰੈਲੀਆਂ ਵੀ ਹੋ ਰਹੀਆਂ ਨੇ, ਕੱਲ੍ਹ ਤੁਹਾਡੇ ਇਲਾਕੇ ਦੇ ਵਿੱਚ ਵੀ ਰੈਲੀ ਹੋਈ, ਚੱਠੇ ਨੇੜੇ ਪਿੰਡ ਵੀ ਹੋਈ, ਉੱਥੇ ਵੱਡੀ ਗਿਣਤੀ 'ਚ ਲੋਕ ਇਕੱਠੇ ਹੋਏ, ਤਾਂ ਇਹ ਮੰਗ ਉੱਠ ਰਹੀ ਹੈ ਕਿ ਲੱਖਾ ਸਧਾਣੇ ਨੂੰ ਲੈ ਕੇ ਖਾਸ ਤੌਰ 'ਤੇ ਗੱਲ ਉੱਠੀ ਹੈ ਵੀ ਉਹਨੂੰ ਸ਼ਾਮਿਲ ਕੀਤਾ ਜਾਵੇ। ਕਿਸਾਨ ਨੌਜਵਾਨ ਕਹਿ ਰਹੇ ਨੇ ਕਿ ਉਹ ਉਹਨਾਂ ਨੇ ਕਿਸਾਨਾਂ ਦੇ ਖਿਲਾਫ਼ ਜਾਂ ਕਿਸਾਨ ਲੀਡਰਾਂ ਦੇ ਖਿਲਾਫ਼ ਹੁਣ ਤੱਕ ਨਹੀਂ ਬੋਲਿਆ, ਉਹ ਕਹਿ ਰਹੇ ਨੇ ਕਿ ਲੜਾਈ ਅਸੀਂ ਕਿਸਾਨਾਂ ਦੇ ਨਾਲ ਲੜਾਂਗੇ। ਭਾਵੇਂ ਕਿ ਗੱਲ ਦੋ ਨੇਤਾ ਦੀ ਹੋ ਰਹੀ ਸੀ, ਦੀਪ ਸਿੱਧੂ ਦੀ ਗੱਲ ਵੀ ਹੋ ਰਹੀ ਸੀ, ਪਰ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਕਿਹਾ ਜਾ ਰਿਹਾ ਕਿ ਦੀਪ ਉਹਦੇ ਉੱਪਰ ਲੱਖੇ ਸਧਾਣ ਦੇ ਉੱਪਰ ਸਹਿਮਤੀ ਜਿਹੜੀ ਉਹ ਸਾਡੀ ਮੀਟਿੰਗਾਂ ਹੋ ਚੁੱਕੀਆਂ ਨੇ, ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਤੋਂ ਬਾਅਦ ਜਿਹੜੀ ਇੱਕ ਫੈਸਲਾ ਕਰ ਲਿਆ ਜਾਊਗਾ ਕਿ ਉਹ ਜਲਦ ਸਟੇਜ ਦੇ ਉੱਪਰ ਦੇਖਣ ਨੂੰ ਮਿਲੂਗਾ। ਤੁਸੀਂ ਇਹ ਚੀਜ਼ ਕਿਵੇਂ ਦੇਖਦੇ ਹੋ? ਇਹਦਾ ਸੰਯੁਕਤ ਮੋਰਚੇ ਨੂੰ ਪਤਾ ਹੋਊਗਾ ਸਾਡੀ ਪੋਜੀਸ਼ਨ ਪਹਿਲੀ ਹੈ। ਤੁਸੀਂ ਤੁਸੀਂ ਕਿਵੇਂ ਦੇਖਦੇ ਹੋ? ਮਤਲਬ ਪਹਿਲੀ ਪੋਜੀਸ਼ਨ ਹੈ ਸਾਡੀ, ਬਸ ਬਿਲਕੁਲ। ਇਸ ਤਰ੍ਹਾਂ ਜੋਗਿੰਦਰ ਸਿੰਘ ਗ੍ਰਾਹਾਂ ਜੀ ਨਾਲ ਸਾਫ਼ ਤੌਰ 'ਤੇ ਬੇਬਾਕੀ ਦੇ ਨਾਲ ਚੀਜ਼ਾਂ ਜਿਹੜੀਆਂ ਦੱਸੀਆਂ। ਪਹਿਲਾਂ ਤਾਂ ਉਹ ਕਰੋਨਾ ਤੋਂ ਨੈਗੇਟਿਵ ਹੋ ਕੇ ਪਹੁੰਚੇ ਨੇ, 5 ਤਰੀਕ ਨੂੰ ਟਿੱਕਰੀ ਬਾਰਡਰ ਦੀ ਸਟੇਜ ਦੇ ਉੱਪਰੋਂ ਸੰਬੋਧਨ ਕਰਨਗੇ, ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਸੰਘਰਸ਼ ਹੋਰ ਤੇਜ਼ ਹੁੰਦਾ ਜਾਏਗਾ। ਜੋ ਕੁਝ ਪੰਜਾਬ ਦੇ ਵਿੱਚ ਬੀਜੇਪੀ ਨੇਤਾਵਾਂ ਦੇ ਨਾਲ ਹੋ ਰਿਹਾ, ਇਹ ਸਭ ਕੁਝ ਬੀਜੇਪੀ ਨੇਤਾਵਾਂ ਦੀ ਬੋਲ ਬਾਣੀ ਦਾ ਨਤੀਜਾ ਹੈਗਾ। ਸੰਘਰਸ਼ ਕਿਸ ਕਿਸ ਰੂਪ ਰੇਖਾ ਵੱਲ ਜਾਏਗਾ, ਇਹ ਲੰਮਾ ਚੱਲੇਗਾ, ਇਹ ਹੁਣ ਆਉਣ ਵਾਲਾ ਸਮਾਂ ਦੱਸ।